Yeah.
काहे ना खंडे से अब कर मेरा काहे ना खंडे से अब कर मेरा सुख अपराध कुरित है ये ते सुख अपराध जे अर्थ को
Ramiya, Ramiya,
ਲਾਡ ਵਿੱਚ ਭੁੱਲ ਹੁੰਦੀ ਹੈ ਉਹਨੂੰ ਬਚਪਨ ਦੀ ਭੁੱਲ ਆਖਦੇ ਨੇ। ਲਾਡ ਲਾਡ ਵਿੱਚ ਬੱਚਾ ਬਾਪੂ ਦੀ ਗੋਦੀ ਵਿੱਚ ਬੈਠਾ ਦਾੜੇ ਨੂੰ ਹੱਥ ਪਾ ਲੈਂਦਾ। ਜੇ ਪਿਤਾ ਹੱਦ ਤੋਂ ਜ਼ਿਆਦਾ ਨਾਰਾਜ਼ ਹੋਵੇ ਤੇ ਗੁਆਂਢੀ ਵੀ ਆਖ ਦਿੰਦਾ ਬੋਲੇ ਲਾਡ ਪਿਆ ਕਰਦਾ। ਭੁੱਲ ਲਾਡ ਵਿੱਚ ਵੀ ਹੈ ਪਰ ਉਹ ਭੁੱਲ ਪ੍ਰਵਾਨ ਹੋ ਜਾਂਦੀ ਹੈ। ਸ੍ਰੀ ਆਸਾ ਜੀ ਦੀ ਵਾਰ ਦਾ ਇੱਕ ਛੰਦ ਪੜ੍ਹੋ, ਬੜੀ ਖੂਬਸੂਰਤ ਗੱਲ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਖ ਦਿੱਤੀ। ਜਿੰਨਾ ਅੰਤਰ ਹਰ ਹਰ ਪ੍ਰੀਤ ਹੈ ਜਿੰਨਾ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੁਰ ਸਿਆਰਣੇ ਰਾਮ ਰਾਜੇ। ਭਗਤ ਰੱਬ ਨੂੰ ਆਖ ਰਿਹਾ ਕਹਿੰਦਾ ਮਾਲਿਕ ਇੱਕ ਖਿਆਲ ਕਰੀ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੋਂ ਬੰਧੇ ਤੂੰ ਮੈਨੂੰ ਸੰਸਾਰ ਦੇ ਮਾਇਆ ਮੋਹ ਵਿੱਚ ਬੰਨਿਆ ਸੀ ਮੈਂ ਤੈਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ ਲਿਆ ਜੋ ਤੂੰ ਕੀਤਾ ਉਹ ਮੈਂ ਵੀ ਕਰ ਲਿਆ ਬਾਅਦ ਵੇ ਜਨ ਤਾਂ ਜੈਸੀ ਪੈਸੀ ਰੱਬ ਦਾ ਮੁਕਾਬਲਾ ਨਹੀਂ ਪਰ ਲਾਡ ਵਿੱਚ ਹੈ। ਕੋਈ ਆਖੇ ਰੱਬ ਦਾ ਮੁਕਾਬਲਾ ਪਿਆ ਕਰਦਾ ਜਿਹੋ ਜਿਹਾ ਤੂੰ ਸ਼ਕਤੀਵਾਨ ਹੈ ਮੈਂ ਵੀ ਤੂੰ ਮੈਨੂੰ ਬਣਿਆ ਤੂੰ ਮੈਂ ਤੈਨੂੰ ਬਣ ਗਿਆ ਇਹ ਤਾਂ ਹੰਕਾਰ ਹੋ ਗਿਆ ਬਲਕਿ ਇੱਥੋਂ ਤੱਕ ਆਖ ਦਿੱਤਾ ਤੇਰਾ ਬਣਿਆ ਤਾਂ ਮੈਂ ਛੁੱਟ ਸਕਣਾ ਮੇਰਾ ਬਣਿਆ ਤੂੰ ਛੁੱਟ ਨਹੀਂ ਸਕਦਾ। ਹੁਣ ਕੀ ਆਖੋਗੇ ਹੰਕਾਰ ਮੁਕਾਬਲਾ ਲਾਡ ਵਿੱਚ ਭਗਤ ਜਾਣ ਰੱਬ ਨੂੰ ਆਖਦਾ ਮਾਲਿਕ ਤੇਰੇ ਆਪਣੇ ਸਾਧਨ ਨੇ ਮੇਰੇ ਆਪਣੇ ਸਾਧਨ ਤੂੰ ਮੈਨੂੰ ਮਾਇਆ ਦੇ ਬੰਧਨ ਵਿੱਚ ਬੰਨਿਆ ਮੈਂ ਤੈਨੂੰ ਭਗਤੀ ਦੇ ਬੰਧਨ ਵਿੱਚ ਬੰਨ ਲਿਆ ਪ੍ਰੇਮ ਦੇ ਬੰਧਨ ਵਿੱਚ ਬੰਨ ਲਿਆ ਪ੍ਰੇਮ ਬੰਧਨ ਤੋਂ ਹੁਣ ਮੋਹ ਦਾ ਬੰਧਨ ਇੰਨਾ ਸ਼ਕਤੀਸ਼ਾਲੀ ਤੇ ਵੀ ਨਾ ਹੋ ਸਕਦਾ ਜਿੰਨਾ ਪ੍ਰੇਮ ਦਾ ਬੰਧਨ ਹੋ ਸਕਦਾ ਕਿਉਂਕਿ ਮੋਹ ਵਿੱਚ ਪਕੜ ਹੈ ਭੁੱਖ ਹੈ ਪ੍ਰੇਮ ਵਿੱਚ ਸਮਰਪਣ ਹੈ। ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੋਂ ਬੰਧੇ ਆਪਣੇ ਛੁੱਟਣ ਕੋ ਯਤਨ ਕਰ ਕੋਸ਼ਿਸ਼ ਤੂੰ ਮੇਰੇ ਕੋਲੋਂ ਕਿਵੇਂ ਛੁੱਟਦਾ ਆਪਣੇ ਛੁੱਟਣ ਕੋ ਯਤਨ ਕਰ ਹਮ ਛੁੱਟੇ ਤੇਰਾ ਬਣਿਆ ਹੋਇਆ ਮੈਂ ਛੁੱਟ ਗਿਆ ਮਾਇਆ ਬੋਤ ਤੇਰੀ ਭਗਤੀ ਨਾਲ ਤੇ ਤੂੰ ਕਿਹਦੀ ਭਗਤੀ ਕਰੇਗਾ ਹੁਣ ਦੇਖੋ ਢੰਗ ਨਾਲ ਲਾਡ ਨਾਲ ਗੱਲ ਹੋ ਰਹੀ ਸੀ ਮੈਂ ਤੇ ਤੇਰੀ ਭਗਤੀ ਕੀਤੀ ਛੁੱਟ ਗਿਆ ਤੇ ਰੱਬ ਤੇਰੇ ਤੋਂ ਵੱਡਾ ਤਾਂ ਕੋਈ ਰੱਬ ਹੈ ਹੀ ਨਹੀਂ ਤੂੰ ਕਿਹਦੀ ਭਗਤੀ ਕਰਕੇ ਛੁੱਟੇਗਾ ਇਸ ਲਈ ਤੂੰ ਨਹੀਂ ਛੁੱਟ ਸਕਦਾ ਲਾਡ ਵਿੱਚ ਵੀ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਪ੍ਰਵਾਨ ਹੋ ਜਾਂਦੀਆਂ ਨੇ ਭਾਵੇਂ ਦੁਨੀਆਂ ਦੀ ਨਿਗਾਹ ਵਿੱਚ ਉਹ ਭੁੱਲ ਹੋਵੇ
पर गुरु नु आखना पैंदा है जे बाहरो भुल चुक बोल दे भी खरे हर बाणे रिश्ता और एथे एक लफज आखे ने कहंदे ने मालिक मैं तेरा एना बारक हां ते खेड संसारिक खेल रहा पर तेरे लाड विच क्योंकि तू खिडा रहे ते संसारिक खेडा किते अपराध ना बन जान इसलिए तू मैनू अपनी मत विच रखी समझा के रखी मेरी ड्यूटी सही तरीके नाल पूरा सकी हे मां मैं कर्ज की थी इसलिए परम आत्मा रूप भी मां ही है इसे भी आखिर ने परमात्मा जिन्नी जीव लई कुर्बानी मां कर सकती है कोई नहीं कर सकता पिता शक्ति है मां भक्ति है रोजाना जीवन में देख लो अपने जीवन तो लेके अपने ख्वाबा अपनी विचारधारा अपने ख्याल सब कुछ दी अपनिया लोड़ा दी अपनिया आसा मनसावा दी सब चीज दी कुर्बानी दिंदी है मां अपने उस जीव दी रखवाली दे जिहड़े जीव मेरा रब उहदे हवाले करदा है जे आखिए मां जन्म दिंदी है फिर करता भुल जाता है करता वो ही है मां के हवाले किया चंगी तरह वफादारी निभा सकनी है जिन्नी विशालता जिन्ना वड्डा दिल तेरे कोल है जिन्नी पेशेंस तेरे कोल है किसी होर रिश्ते कोल नहीं इसलिए एग्जाम्पल देंदे ने कहते ने हे मेरे रब एनी वड्डी दयालता तू मां नूं दित्ती होवे ते उस दयालता ते मैं मान करा मैनू गौरव होवे कि मेरी मां एडी महान है पर जिन्ने उस मां नूं दयालता दित्ती है वो दयालता भुल जाए लै मैं तेरे सामने सवाल तेरे सामने रख दिया पर एग्जाम्पल मां दी दे रहा हूं ये शब्द जेड़ा है ये अरदास रब के है
ਮੈਂ ਐਗਜ਼ਾਮਪਲ ਮਾਰ ਦੀ ਔਰ ਇੱਕ ਖਿਆਲ ਕਰੋ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੰਸੈਪਟ ਜਿਹੜਾ ਫਿਲੋਸਫਿਕਲੀ ਅਸੀਂ ਲੱਭਣਾ ਉਹ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੁਣੇ ਪੁਕਾਈਆਂ ਸੰਜਨ ਦੇ ਵਿੱਚ ਪਿਤਾ ਨੂੰ ਸੰਬੋਧਨ ਕਰਕੇ ਵੀ ਅਪਰਾਧਾਂ ਨੂੰ ਖੰਡਣ ਦੀ ਗੱਲ ਕੀਤੀ ਤੇ ਮਾਂ ਦੇ ਲਫ਼ਜ਼ ਨੂੰ ਸੰਬੋਧਨ ਕਰਕੇ ਵੀ ਅਪਰਾਧਾਂ ਨੂੰ ਖੰਡਣ ਦੀ ਗੱਲ ਕੀਤੀ। ਹੁਣ ਆਪਾਂ ਦੋਨੋਂ ਲਾਈਨਾਂ ਇੱਕ ਵਾਰ ਫਿਰ ਸੁਣ ਲਈ ਇੱਕ ਪਾਸੇ ਆਖਦੇ ਨੇ ਇੱਥੇ ਮਾਂ ਨੂੰ ਸੰਬੋਧਨ ਐਗਜ਼ਾਮਪਲ ਮਾਂ ਦੀ ਹੈ ਅਪਰਾਧ ਕਰਦਾ ਗੁਨਾ ਕਰਦਾ ਜਨਨੀ ਮਾਂ ਚਿੱਤ ਵਿੱਚ ਨਹੀਂ ਰੱਖਦੀ ਬੜੀ ਛੇਤੀ ਭੁੱਲ ਜਾਂਦੀ। ਮੈਂ ਇੱਕ ਵਾਰ ਵਿਲਾਸ ਨਾਲ ਇੱਕ ਗੱਲ ਆਪਣੇ ਸਮਾਗਮ ਵਿੱਚ ਕਹੀ ਸੀ ਮੈਂ ਕਿਹਾ ਇਹ ਮੇਰੇ ਰੱਬ ਅਸੀਂ ਭੁੱਲਦੇ ਹਾਂ ਤੂੰ ਨਹੀਂ ਭੁੱਲਦਾ ਨਹੀਂ ਤੂੰ ਹੀ ਭੁੱਲਣਾ ਕਿ ਦੁਨੀਆਂ ਦਾ ਮਨੁੱਖ ਭੁੱਲਦਾ ਤੂੰ ਨਹੀਂ ਭੁੱਲਦਾ ਤੇ ਮੈਂ ਬਿਲਾਸ ਨਾਲ ਇੱਕ ਗੱਲ ਕਹੀ ਸੀ ਪਹਿਲਾਂ ਅਸੀਂ ਰੋਜ਼ ਭੁੱਲਦੇ ਹਾਂ ਰੋਜ਼ ਭੁੱਲਦੇ ਹਾਂ ਰੋਜ਼ ਭੁੱਲਦੇ ਹਾਂ ਜਿਸ ਦਿਨ ਤੇਰੇ ਦਰ 'ਤੇ ਆ ਜਾਂਦੇ ਹਾਂ ਤੂੰ ਇੱਕੋ ਦਿਨ ਸਾਰਾ ਕੁਝ ਭੁੱਲ ਜਾਂਦਾ ਅਸੀਂ ਰੋਜ਼ ਭੁੱਲਦੇ ਰਹਿੰਦੇ ਹਾਂ ਤੂੰ ਇੱਕੋ ਦਿਨ ਸਾਡੀਆਂ ਸਾਰੀਆਂ ਹੀ ਭੁੱਲਾਂ ਭੁੱਲ ਜਾਂਦੇ ਐਗਜ਼ਾਮਪਲ ਮਾਂ ਦੀ ਦੇ ਕੇ ਇਸੇ ਲਈ ਸਮਝਾਇਆ ਕਹਿਣ ਲੱਗੇ ਜਨਨੀ ਵੀ ਚਿੱਤ ਵਿੱਚ ਨਹੀਂ ਰੱਖਦੀ ਉਹ ਵੀ ਭੁੱਲ ਜਾਂਦੀ ਹੇ ਰਾਮਈਆ ਮੈਂ ਵੀ ਤਾਂ ਤੇਰਾ ਬੱਚਾ ਹਾਂ ਜੇ ਕਿਸੇ ਮਾਂ ਦੀ ਕੋਈ ਸੰਤਾਨ ਬੇਟਾ ਭੁੱਲ ਕਰਦਾ ਤੇ ਉਹ ਬਖਸ਼ ਦਿੰਦੀ ਹੈ ਭੁੱਲ ਜਾਂਦੀ ਉਹਦੀ ਭੁੱਲ ਨੂੰ ਮੈਂ ਵੀ ਤਾਂ ਤੇਰਾ ਬੱਚਾ ਤੂੰ ਚੇਤੇ ਵਿੱਚ ਕਿਉਂ ਰੱਖੇਗਾ ਤੂੰ ਵੀ ਤਾਂ ਮੇਰੇ ਅੰਗ ਨੂੰ ਖੰਡਨ ਕਰੇਗਾ ਖਤਮ ਕਰੇਗਾ ਕਿਉਂਕਿ ਮਾਂ ਨੂੰ ਇਹ ਦਿਆਲਤਾ ਤੂੰ ਵੀ ਉਦੋਂ ਦਿੱਤੀ ਹੈ ਜੇ ਮਾਂ ਬਖਸ਼ ਸਕਦੀ ਹੈ ਤੇ ਤੂੰ ਕਿਉਂ ਨਹੀਂ ਬਖਸ਼ੇਗਾ ਮਾਂ ਨੂੰ ਦਿਆਲਤਾ ਦੇਣ ਵਾਲੇ ਆ ਤੇਰੇ ਵਿੱਚ ਦਿਆਲਤਾ ਖਤਮ ਹੋ ਗਈ ਇੱਕ ਐਗਜ਼ਾਮਪਲ ਇਸ ਲਈ ਮੈਨੂੰ ਤੇਰੇ ਤੇ ਵੀ ਵਿਸ਼ਵਾਸ ਹੈ ਮਾਂ ਨਾਲੋਂ ਜ਼ਿਆਦਾ ਦਿਆਲਤਾ ਤੇਰੇ ਕੋਲ ਹੋਣੀ ਚਾਹੀਦੀ ਹੈ ਘੱਟ ਨਹੀਂ ਪਰ ਮਾਂ ਬਖਸ਼ ਦਿੰਦੀ ਹੈ ਤੇਰੇ ਤੇ ਮੈਨੂੰ ਵਿਸ਼ਵਾਸ ਹੈ ਤੂੰ ਵੀ ਜ਼ਰੂਰ ਬਖਸ਼ੇਗਾ ਜੇ ਕੋਪ ਕਰੇ ਕਰ ਦਾਇਆ ਬੜਾ ਕ੍ਰੋਧੀ ਹੋਇਆ ਹੋਇਆ ਪੁੱਤਰ ਮਾਂ ਨਾਲ ਲੜ ਕੇ ਗੁੱਸੇ ਹੋ ਕੇ ਘਰੋਂ ਨਿਕਲ ਜਾਏ ਫਿਰ ਵੀ ਮਾਂ ਦਰਵਾਜ਼ੇ ਤੇ ਉਹਦੀ ਪਿੱਠ ਵੱਲ ਦੇਖਦੀ ਰਹਿੰਦੀ ਤੇ ਉਡੀਕਦੀ ਹੈ ਭਲਾ ਇਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗਣਾ ਜੇ ਅੱਤ ਕੋਪ ਕਰੇ ਕਰ ਦਾਇਆ ਤਾਂ ਵੀ ਚੀਤ ਨਾ ਰੱਖ ਸੁਭਾਇਆ ਤਾਂ ਵੀ ਚਿੱਤ ਵਿੱਚ ਨਹੀਂ ਰੱਖਦੀ ਵਾਪਸ ਆਵੇਗਾ
ਐਡੀ ਵਿਸ਼ਾਲਤਾ ਹੈ ਤੇ ਹੇ ਮੇਰੇ ਰੱਬ ਇਹ ਵਿਸ਼ਾਲਤਾ ਤੂੰ ਹੀ ਉਤੋਂ ਦਿੱਤੀ ਹੈ। ਦੇਖਣਾ ਇੱਥੇ ਇੱਕ ਰੱਬ ਨਾਲ ਕਿਵੇਂ ਜੁੜਿਆ ਹੈ। ਉਹ ਪਰੇ ਹੋ ਗੁਰਬਾਣੀ ਗੁਰਮਤ ਦੇ ਕੰਸੈਪਟ ਨੂੰ ਪਛਾਣਨ ਦੀ ਲੋੜ ਹੈ। ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਹੋਰ ਹੋਰ ਸਿਧਾਂਤਾਂ ਦੇ ਚੱਕਰ ਵਿੱਚ ਪਾ, ਭਰਮਾਂ ਵਿੱਚ ਪਾ। ਗੁਰਬਾਣੀ ਦਾ ਸਿਧਾਂਤ ਬੜਾ ਮਹਾਨ ਹੈ। ਹੁਣੇ ਇੱਕ ਲਫ਼ਜ਼ ਕਹਿ ਸਨ ਕਿ ਦੋ ਐਗਜ਼ਾਂਪਲਾਂ ਦਿੱਤੀਆਂ ਨੇ ਵੱਖਰੀਆਂ ਵੱਖਰੀਆਂ। ਇੱਥੇ ਮਾਂ ਦੀ ਐਗਜ਼ਾਂਪਲ ਹੈ ਕਿ ਮਾਂ ਅਪਰਾਧ ਬਖਸ਼ ਦਿੰਦੀ ਹੈ। ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰੱਖਸ ਦੇਤੇ। ਇਸ ਲਈ ਹੇ ਮੇਰੇ ਰੱਬ ਤੂੰ ਮੇਰੀ ਮਾਂ ਵਰਗਾ ਬਣ, ਅਪਰਾਧ ਬਖਸ਼ਦੇ ਮੈਨੂੰ ਵਿਸ਼ਵਾਸ। ਤੇ ਦੂਜੇ ਪਾਸੇ ਪਿਤਾ ਦੀ ਐਗਜ਼ਾਂਪਲ ਹੈ, ਉੱਥੇ ਵੀ ਇਹੋ ਲਫ਼ਜ਼ ਨੇ, ਜੈਸਾ ਬਾਰਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ। ਜਿਵੇਂ ਕੋਈ ਬੱਚਾ ਲੱਖਾਂ ਅਪਰਾਧ ਕਰ ਲਿਆ, ਗੁਨਾਹ ਕਰ ਲਿਆ, ਕਰ ਉਪਦੇਸ਼ ਛਿੜਕੇ ਬਹੁ ਬਹੱਤੀ, ਪਿਤਾ ਨਾਰਾਜ਼ ਵੀ ਝਿੜਕਦਾ ਵੀ। ਪਰ ਫਿਰ ਵੀ ਆਪਣੇ ਹਿਰਦੇ ਤੋਂ ਮਨ ਤੋਂ ਦੂਰ ਨਹੀਂ ਕਰਦਾ, ਕਰ ਉਪਦੇਸ਼ ਛਿੜਕੇ ਬਹੁ ਬਹੱਤੀ ਬਹੁੜ ਪਿਤਾ ਗੱਲ ਲਾਵੇ। ਪਿਛਲੇ ਔਗਣ ਬਖਸ਼ ਲੈ, ਗੁਨਾ ਬਖਸ਼ਦਾ ਪ੍ਰਭ ਅੱਗੇ ਮਾਰਗ ਪਾਵੇ। ਪਿਤਾ ਦੀ ਐਗਜ਼ਾਂਪਲ ਪਰ ਜਿਹੜੀ ਗੱਲ ਕੰਸੈਪਟ ਦੇਣ ਦੇ ਵਿੱਚੋਂ ਲੱਭਣੀ ਉਹ ਇੱਕ ਪਾਸੇ ਮਾਂ ਦੀ ਐਗਜ਼ਾਂਪਲ ਦੇ ਰਹੇ ਨੇ, ਇੱਕ ਪਾਸੇ ਪਿਤਾ ਦੀ ਦੇ ਰਹੇ ਨੇ, ਪਰ ਇੱਕ ਗੱਲ ਸਾਬਤ ਕਰ ਰਹੇ ਨੇ ਕਿ ਮੇਰੀ ਮਾਂ ਤੇ ਪਿਓ ਵੱਖ ਵੱਖ ਨਹੀਂ। ਲੋ ਆਹ ਗੱਲ ਦੇਖਣੀ ਹੈ, ਹਾਲਾਂਕਿ ਗੱਲ ਅਨੇਕਾਂ ਥਾਵਾਂ ਤੇ ਮਾਂ ਦੀ ਵੀ ਹੈ। ਅਸੀਸ ਦਾ ਸ਼ਬਦ ਅਸੀਂ ਅਕਸਰ ਘਰਾਂ ਵਿੱਚ ਖੁਸ਼ੀ ਦੇ ਟਾਈਮ ਤੇ ਪੜ੍ਹਦੇ ਹਾਂ, ਉਹਦੇ ਵਿੱਚ ਪਿਤਾ ਦਾ ਜ਼ਿਕਰ ਕੋਈ ਨਹੀਂ, ਮਾਂ ਦਾ ਹੀ ਜ਼ਿਕਰ। ਵੱਖਰੀ ਵੱਖਰੀ ਤੁਕਾਂ ਵਿੱਚ ਆ ਗਈ, ਪਰ ਕੀ ਦੂਜੇ ਧਰਮਾਂ ਨੂੰ ਸਿੱਖ ਸਿਧਾਂਤ ਵਿੱਚ ਐਸੀ ਗੱਲ ਪ੍ਰਵਾਨ ਹੈ ਕਿ ਮੇਰੀ ਮਾਂ ਹੋਰ ਹੈ ਤੇ ਪਿਤਾ ਹੋਰ ਹੈ? ਲੋ ਆਹ ਗੱਲ ਨਾਲ ਸੰਬੰਧਿਤ ਜ਼ਰੂਰ ਅੱਜ ਵਿਚਾਰਨਾ ਚਾਹੁੰਦਾ, ਵੱਖਰਾ ਵੱਖਰਾ ਨਹੀਂ ਬਿਲਕੁਲ। ਆ ਜਿਹੜਾ ਗ੍ਰੰਥ ਸਾਡੇ ਪੱਲੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ, ਉਹਦੇ ਵਿੱਚ ਮਾਂ ਵੱਖਰੀ ਹੈ ਪਿਓ ਵੱਖਰਾ। ਤੂੰ ਮਾਂ ਕੱਲ ਨੂੰ ਦੇਵੀ ਮਾਤਾ ਨਹੀਂ ਆਖਦੇ, ਕੱਲ ਤੈਨੂੰ ਦੇਵੀ ਮਾਤਾ ਆਖਦੇ, ਮਾਂ ਕੱਲ ਨੂੰ ਪਿਤਾ ਆਖਦੇ। ਬਕਾਇਦਾ ਲਫ਼ਜ਼ ਨੇ ਮਾਂ ਕੱਲ ਹੈ ਪਿਤਾ ਹਮਾਰ, ਦੇਵ ਕਾਲ ਕਾ ਮਾਤ ਹਮਾਰ। ਜਿੱਥੇ ਦੇਵੀ ਦਾ ਉਪਾਸ਼ਨਾ ਆਏਗੀ ਉੱਥੇ ਲਫ਼ਜ਼ ਹਮ ਤੇ ਕਿਰਪਾ ਕਰੀ ਹਮ ਪਰ ਜਗ ਮਾਤਾ। ਮਾਂ ਪਿਤਾ ਨਹੀਂ ਹੋ ਸਕਦੀ, ਪਿਤਾ ਤਾਂ ਮਾਂ ਕਾਲ ਹੀ ਹੈ। ਮਾਂ ਕਾਲ ਦਾ ਅਡੰਬਰ ਵੱਖਰਾ ਹੈ, ਮਾਂ ਕਾਲ ਦੀ ਸੁਚਾਲਤਾ ਵੱਖਰੀ ਹੈ, ਮਾਂ ਕਾਲ ਦੀ ਸ਼ਕਲ ਵੱਖਰੀ ਹੈ, ਉਹਦਾ ਸੁਭਾਅ ਵੱਖਰਾ ਹੈ। ਤੇ ਉਹਦੇ ਵਿੱਚ ਜਿੰਨੀਆਂ ਮਾਵਾਂ ਨੇ, ਭਾਵੇਂ ਉਹ ਦੁਰਗਾ ਦੇਵੀ ਹੈ ਤੇ ਭਾਵੇਂ ਕਾਲਕਾ ਹੈ, ਭਾਵੇਂ ਉਹ ਚੰਡੀ ਹੈ,
ਸਭ ਦੀਆਂ ਆਦਤਾਂ ਵੱਖਰੀਆਂ ਨੇ, ਉਹਨਾਂ ਦਾ ਸ਼ਕ ਉਹਨਾਂ ਦੀ ਸ਼ਕਲ ਵੱਖਰੀ ਹੈ, ਉਹਨਾਂ ਦਾ ਪਹਿਰਾਵਾ ਵੱਖਰਾ, ਉਹਨਾਂ ਦੀ ਜੀਵਨ ਸ਼ੈਲੀ ਵੱਖਰੀ, ਕਿਉਂਕਿ ਉਹ ਮਾਂ ਹੈ, ਉਹ ਮਾਂ ਹੈ, ਉਹ ਪਿਤਾ ਹੈ। ਪਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਾਂ ਦਾ ਜ਼ਿਕਰ ਆ ਗਿਆ, ਵੱਖਰਾ ਆਇਆ, ਪਿਤਾ ਦਾ ਜ਼ਿਕਰ ਆ ਗਿਆ, ਵੱਖਰਾ ਆਇਆ। ਗੁਰੂ ਤਾਂ ਆਪਾਂ ਇਹੋ ਸਮਝ ਗਈਆਂ ਨੇ ਗੁਰਬਾਣੀ ਵਿੱਚੋਂ, ਇਹਦੇ ਵਿੱਚ ਵੀ ਮਾਂ ਦਾ ਜ਼ਿਕਰ ਵੱਖਰਾ ਆਇਆ, ਪਿਤਾ ਦਾ ਵੱਖਰਾ ਆਇਆ। ਇੱਥੇ ਆਇਆ ਸੁਤ ਪ੍ਰਾਂਤ ਜਨਨੀ ਚੀਤ ਨਾ ਰਾਖਸ ਪੇ, ਮਾਤਾ ਉਪਦੇਸ਼ੇ ਪ੍ਰਾਂਤ। ਇੱਥੇ ਜ਼ਿਕਰ ਹੈ ਉਤਾ ਮਾਤਾ ਕੀ ਅਸੀਸ, ਉੱਥੇ ਕਹਿੰਦੇ ਨੇ ਦੂਜੇ ਪਾਸੇ ਜੈਸਾ ਬਾਲਕ ਪਾਇਸ ਪਾਇਲਾ ਪਿਤ ਕਰ ਉਪਦੇਸ਼ ਝਿੜਕੇ ਵਾ ਬਹੁਤ ਹੀ ਬਹੁੜ, ਪਿਤਾ ਗੱਲਾਂ ਦੇ, ਉੱਥੇ ਪਿਤਾ ਦੀ ਗੱਲ, ਮਾਤਾ ਅਤੇ ਪਿਤਾ ਦਾ ਦੋਵਾਂ ਦਾ ਜ਼ਿਕਰ। ਪਰ ਗੁਰੂ ਕੋਲ ਪੁੱਛੋ ਜੀ, ਫਿਰ ਸਾਨੂੰ ਦੱਸੋ ਸਾਡੀ ਮਾਂ ਕੌਣ ਹੈ, ਉਹਦੀ ਸ਼ਕਲ ਕਿਹੋ ਜੀ। ਤੁਸੀਂ ਜੇ ਮਾਂ ਦਾ ਜ਼ਿਕਰ ਵੱਖਰਾ ਕੀਤਾ, ਪਿਤਾ ਦਾ ਵੱਖਰਾ ਕੀਤਾ, ਦੱਸੋ ਸਾਡੀ ਮਾਂ ਕੌਣ ਹੈ, ਪਿਤਾ ਕੌਣ ਹੈ। ਉਸ ਗ੍ਰੰਥ ਕੋਲ ਪੁੱਛੋਗੇ ਤੁਹਾਨੂੰ ਆਖੇਗਾ ਤੁਹਾਡੀ ਮਾਂ ਦੁਰਗਾ ਦੇਵੀ ਹੈ, ਤੁਹਾਡੀ ਮਾਂ ਚੰਡੀ ਦੇਵੀ ਹੈ, ਕਾਲਕਾ ਦੇਵੀ, ਤੁਹਾਡਾ ਪਿਤਾ ਮਾਂ ਕਾਲ ਹੈ। ਪੜ੍ਹ ਪੁੱਛ ਕੇ ਵੇਖ ਲਓ, ਪੜ੍ਹ ਕੇ ਵੇਖ ਲਓ। ਪਰ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਜਾਓਗੇ ਨਾ, ਤੁਸੀਂ ਵੀ ਪਿਤਾ ਦਾ ਮਾਤਾ ਦਾ ਦੋਵਾਂ ਦਾ ਜ਼ਿਕਰ ਕੀਤਾ ਹੈ। ਇਹ ਸਾਨੂੰ ਸਮਝਾਓ ਸਾਡੀ ਮਾਂ ਦੀ ਕੀ ਸ਼ਕਲ ਹੈ, ਉਹਦਾ ਕੀ ਪਹਿਰਾਵਾ ਹੈ, ਉਹਦੀ ਕੀ ਜੀਵਨ ਸ਼ੈਲੀ, ਸਾਡਾ ਪਿਤਾ ਦੀ ਕੀ ਸ਼ਕਲ ਹੈ, ਪਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖੀ ਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਵਾਬ ਦੇਣਗੇ ਉਹ ਭਰਿਆ, ਇੱਕ ਗੱਲ ਸਮਝ ਲੈ, ਤੂੰ ਹੈ ਜਦੋਂ ਤੂੰ ਇੱਕ ਲਫ਼ਜ਼ ਸੁਣਦਾ ਤੇ ਜਿੱਥੇ ਹੋਵੇਗਾ ਤੂੰ ਹੈ, ਉਹਦਾ ਮਤਲਬ ਹੋਵੇਗਾ ਤੂੰ ਹੀ ਉਹ ਹੀ, ਆਹਾ ਲੱਗਣ ਦਾ ਵੱਖਰਾ ਕੋਈ ਨਹੀਂ। ਇੱਕ ਤਾਂ ਹੁੰਦਾ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਫਿਰ ਤਾਂ ਹੋ ਜਾਂਦਾ ਵੀ ਤੂੰ ਮੇਰਾ ਪਿਤਾ ਹੈ, ਤੂੰ ਮੇਰਾ ਮਾਤਾ। ਇੱਥੇ ਤੂੰ ਲਫ਼ਜ਼ ਨਹੀਂ, ਤੂੰ ਤੂੰ ਹੀ ਉਹ ਹੀ, ਤੂੰ ਹੈ ਜਦੋਂ ਹਾਹਾ ਨਾਲ ਜੁੜ ਗਿਆ, ਉਹਨੇ ਇਸ ਗੱਲ ਨੂੰ ਹੋਰ ਸਪਸ਼ਟ ਕਰਕੇ ਸਟ੍ਰੈਸ ਕਰ ਦਿੱਤਾ ਕਿ ਤੂੰ ਹੀ ਉਹ ਹੀ ਮੇਰੀ ਮਾਂ, ਮੈਂ ਵੱਖਰੀ ਮਾਂ ਕੋਈ ਨਹੀਂ ਬਣਾਈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਵੇਖੋ ਇਹ ਫਰਕ ਵੀ ਨਹੀਂ ਰੱਖਿਆ। ਜੇ ਉੱਥੇ ਤ੍ਰਿਆ ਵਾਚਕ ਹੁੰਦਾ ਤੇ ਫਿਰ ਆਖਦੇ ਤੂੰ ਮੇਰੀ ਮਾਤਾ, ਨਹੀਂ ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ ਨਹੀਂ, ਕਿਉਂਕਿ ਤ੍ਰਿਆਲਿੰਗ ਆ ਜਾਂਦਾ ਹੈ, ਰੱਬ ਤ੍ਰਿਆਲਿੰਗ ਵਿੱਚ ਹੈ। ਗੁਰਬਾਣੀ ਗੁਰਮਤ ਦੀਆਂ ਇਹੋ ਗੱਲਾਂ ਸਾਨੂੰ ਸਾਡਾ ਕਨਸੈਪਟ ਸਮਝਾਉਂਦੀਆਂ ਨੇ। ਇੱਥੇ ਗੱਲ ਮਾਂ ਦੀ ਹੋ ਰਹੀ ਹੈ, ਲੇਕਿਨ ਮੇਰਾ ਕਹਿ ਕੇ ਹੋ ਰਹੀ ਹੈ, ਮੇਰੀ ਕਹਿ ਕੇ ਨਹੀਂ। ਤੂੰ ਮੇਰਾ ਪਿਤਾ, ਕੇਵਲ ਪਿਤਾ ਨਹੀਂ ਮਾਂ ਵੀ ਹੈ, ਕਿਉਂਕਿ ਗੁਰੂ ਦੇ ਗੁਰਮਤ ਦੇ ਕਨਸੈਪਟ ਵਿੱਚ ਰਿਸ਼ਤੇ ਫਰਜ਼ਾਂ ਤੇ ਨੇ। ਇੱਕੋ ਰੱਬ ਮਾਂ ਵਾਲਾ ਕਨਸੈਪਟ, ਮਾਂ ਵਾਲਾ ਫਰਜ਼ ਵੀ ਨਿਭਾ ਰਿਹਾ, ਪਿਤਾ ਵਾਲਾ ਵੀ ਨਿਭਾ ਰਿਹਾ। ਇਸ ਲਈ ਵੱਖਰੀ ਮੈਨੂੰ ਕਿਸੇ ਜਗਤ ਜਨਨੀ ਕਿਸੇ ਕਿਰਪਾ ਕਰੀ ਹਮ ਪਰ ਜਗ ਮਾਤਾ ਦੀ ਲੋੜ ਨਹੀਂ। ਮੇਰਾ ਰੱਬ ਇੱਕੋ ਅਕਾਲ ਪੁਰਖ, ਮੇਰਾ ਮਾਂ ਵੀ ਹੈ, ਮੇਰਾ ਪਿਤਾ ਵੀ ਹੈ। ਕਹਿਣ ਲੱਗੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਸਭ ਕੋ ਮਾਤ ਪਿਤਾ ਪ੍ਰਤ ਪਾਲਕੇ, ਸਭ ਕੋ ਮਾਤ ਪਿਤਾ ਪ੍ਰਤ ਪਾਲਕੇ, ਜੀ ਪ੍ਰਾਣ ਸੁਖ ਸਾਗਰ, ਜੀ ਪ੍ਰਾਣ ਸੁਖ ਸਾਗਰ। ਇਸ ਲਈ ਭਾਵੇਂ ਮੈਂ ਮਾਂ ਕਹਿ ਕੇ ਅਰਦਾਸ ਕਰਾਂ,
ਮਾਂ ਦੀ ਐਗਜ਼ਾਮਪਲ ਦੇ ਕੇ ਅਰਦਾਸ ਕਰਾਂ ਤੇ ਭਾਵੇਂ ਪਿਤਾ ਦੀ ਐਗਜ਼ਾਮਪਲ ਦੇ ਕੇ ਅਰਦਾਸ ਕਰਾਂ, ਮੇਰੀ ਅਰਦਾਸ ਇੱਕੋ ਇੱਕ ਅਕਾਲ ਪੁਰਖ ਦੇ ਅੱਗੇ ਹੈ, ਕਿਉਂਕਿ ਉਹੋ ਹੀ ਮੇਰੀ ਮਾਂ ਹੈ, ਉਹੋ ਹੀ ਮੇਰਾ ਪਿਤਾ ਹੈ। ਇਸ ਲਈ ਜਦੋਂ ਮੈਂ ਦਇਆਲਤਾ ਦੀ, ਰਹਿਮਤ ਦੀ ਅਰਦਾਸ ਕਰਨੀ ਹੋਵੇ ਨਾ, ਮਾਂ ਦੇ ਫਰਜ਼ਾਂ ਦੀ ਐਗਜ਼ਾਮਪਲ ਦੇਣਾ ਤੇ ਇਹ ਗੱਲ ਕਹਿਣਾ, ਸੁਤ ਅਪਰਾ ਸਾਰੀ ਸੰਭਾਲ ਹੈ ਅਤੇ ਇੱਕੋ ਅਕਾਲ ਪੁਰਖ ਲਈ ਸਿਮਰਨ ਹੈ, ਵੱਖਰਾ ਕੁਝ ਨਹੀਂ, ਇੱਕ ਨਾਲ ਜੁੜਨਾ। ਇਸੇ ਲਈ ਵਾਰ ਵਾਰ ਆਖਿਆ ਕਿ ਇੱਕੋ ਜਪ, ਇੱਕੋ ਸਲਾਹ, ਇੱਕ ਸਿਮਰ, ਇੱਕੋ ਮਨਾਹ, ਇੱਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਇੱਕ ਭਗਵੰਤ, ਕੋਈ ਦੂਜਾ ਨਹੀਂ। ਕਿਸੇ ਵੀ ਰੂਪ ਵਿੱਚ ਕਿਸੇ ਵੀ ਫਰਜ਼ਾਂ ਨੂੰ ਨਿਭਾਉਣ ਦੀ ਲੋੜ ਹੋਵੇ, ਮੇਰਾ ਅਕਾਲ ਪੁਰਖ ਸਮਰੱਥ ਹੈ, ਤੇਰੇ ਪ੍ਰਤੀ ਸਾਰੇ ਫਰਜ਼ ਨਿਭਾਏਗਾ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਕੇ ਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।